ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਾਫੀ ਚੇਂਜਿੰਗ ਆਏ, ਚਾਹੇ ਕੈਨੇਡਾ ਨੂੰ ਗੱਲ ਕਰੀਏ, ਆਸਟ੍ਰੇਲੀਆ ਦੀ ਵੀ ਗੱਲ ਕਰੀਏ। ਬਿਸ਼ੱਕ ਦੀ ਹਜੇ ਇੰਪਲੀਮੈਂਟ ਨਹੀਂ ਹੋਏ, ਬਟ ਨਾਲ ਦੀ ਨਾਲ ਜਿਹੜੇ ਹੈਗੇ ਅਨਾਊਂਸਮੈਂਟਸ ਹੋਣੀਆਂ ਸ਼ੁਰੂ ਹੋ ਚੁੱਕੀਆਂ ਕਿ ਆਉਣ ਵਾਲਾ ਸਾਲ ਹੋ ਸਕਦਾ ਜਿਹੜੇ ਸਟੂਡੈਂਟ ਨੇ ਉਹਨਾਂ ਲਈ ਟਫ ਹੋਵੇ, ਉੱਥੇ ਗਿਆਂ ਲਈ ਵਰਕ ਪਰਮਿਟ ਜਾਂ PR ਦੇ ਵਿੱਚ ਪ੍ਰੋਬਲਮਸ ਆਉਣ। ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਇਹ ਸਾਰੇ ਚੇਂਜਿੰਗ? ਸਰ, ਇਹ ਸਾਰੀਆਂ ਚੀਜ਼ਾਂ ਵੇਖ ਕੇ ਹੀ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਕਿ ਕੈਨੇਡਾ ਨੇ ਸਾਫ਼ ਕਹਿਤਾ ਕਿ 2 ਸਾਲ ਦਾ ਖਰਚਾ ਬੈਂਕ 'ਚ ਜਮ੍ਹਾਂ ਕਰਾਓ, 1 ਸਾਲ ਦੀ ਫੀਸ ਭਰੋ, ਮੈਂ ਤੁਹਾਨੂੰ ਵੀਜ਼ਾ ਦੇਣ ਦੇ ਹੱਕ 'ਚ। ਕੈਨੇਡਾ ਦੀ ਸਰਕਾਰ ਇਹ ਗੱਲ ਕਹਿ ਰਹੀ ਆ, ਚਾਹੇ ਆਈਲੈਟਸ 'ਚ 5.5 ਬੈਂਡ ਨੇ, ਚਾਹੇ 1 'ਚੋਂ 5.5 ਬੈਂਡ ਨੇ, ਉਹਨਾਂ ਨੇ ਤੁਹਾਡੀ ਐਜੂਕੇਸ਼ਨ ਤੋਂ ਕੁਛ ਨਹੀਂ ਲੈਣਾ, ਕਿਉਂਕਿ ਤੁਸੀਂ ਆਪ ਖੁਦ ਉਹਨਾਂ ਨੂੰ ਦੱਸ ਚੁੱਕੇ ਹੋ ਕਿ ਅਸੀਂ ਪੜ੍ਹਾਈ ਤੋਂ ਕੁਛ ਨਹੀਂ ਲੈਣਾ, ਸਿਰਫ਼ ਅਸੀਂ ਕੰਮ ਕਰਨ ਆ ਰਹੇ ਹਾਂ। ਇਹ ਚੀਜ਼ਾਂ ਆਪਣੇ ਗਏ ਹੋਏ ਬੱਚਿਆਂ ਨੇ ਸ਼ੋ ਕਰਤੀਆਂ ਨੇ, ਬਿਲਕੁਲ ਬਿਲਕੁਲ, ਫਰਜ਼ੀ ਏਜੰਟਾਂ ਨੇ ਸ਼ੋ ਕਰਤੀਆਂ ਨੇ। ਕੈਨੇਡਾ ਦੀ ਸਰਕਾਰ ਤੋਂ ਜਿਹੜੀ ਆ ਉਹ ਨਾ ਤੁਹਾਡੇ ਨੰਬਰਾਂ ਤੋਂ ਹੁਣ ਉਹਨੇ ਕੁਛ ਲੈਣਾ, ਨਾ ਉਹਨੇ ਤੁਹਾਡੇ ਬੈਂਡਾਂ ਤੋਂ ਕੁਛ ਲੈਣਾ। ਤੁਸੀਂ ਆਪਣਾ 2 ਸਾਲ ਦਾ ਖਰਚਾ ਭਰੋ, ਸਾਲ ਦੇ ਫੀਸ ਭਰੋ, ਕੈਨੇਡਾ ਤੁਹਾਨੂੰ ਵੀਜ਼ਾ ਦੇਣ 'ਚ ਹੱਕਦਾਇਕ ਆ। ਆਸਟ੍ਰੇਲੀਆ ਦੀ ਗੌਰਮੈਂਟ ਨੇ ਕਾਫ਼ੀ ਰੂਲ ਬਣਾਤੇ ਨੇ, ਹਜੇ ਉਹ ਰੂਲ ਫੋਲੋ ਨਹੀਂ ਹੋਏ, ਜਸਟ ਇੱਕ ਦਾਅਵਾ ਕੀਤਾ ਜਾ ਰਿਹਾ ਆਸਟ੍ਰੇਲੀਅਨ ਗੌਰਮੈਂਟ ਵੱਲੋਂ। ਆਉਣ ਵਾਲੇ ਸਮੇਂ 'ਚ ਉਹ ਰੂਲ ਸਾਰੇ ਨਹੀਂ ਫੋਲੋ ਹੋਣਗੇ, ਉਹਨਾਂ 'ਚੋਂ ਕੋਈ 2-4 ਫੋਲੋ ਹੋਣਗੇ, ਜੇ ਰੱਦ ਹੋਣ 'ਤੇ ਆਏ ਤਾਂ ਸਾਰੇ ਰੱਦ ਹੋ ਜਾਣਗੇ। ਪਰ ਆਸਟ੍ਰੇਲੀਅਨ ਗੌਰਮੈਂਟ ਹੁਣ ਫਰਜ਼ੀ ਕਾਗਜ਼ਾਂ ਦੇ ਉੱਤੇ ਵੀਜ਼ਾ ਨਹੀਂ ਦਊਗੀ। ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੂਗਾ ਪੰਜਾਬ ਬੋਰਡ ਦਾ ਬੱਚਾ, CBSE ਬੋਰਡ ਦਾ ਬੱਚਾ, ਉਹਨੂੰ ਵੀਜ਼ਾ ਨਹੀਂ ਮਿਲੂਗਾ। ਇੰਡੀਆ ਦੇ ਵਿੱਚ ਬੱਚਾ ਰਹਿ ਰਿਹਾ, ICI ਬੋਰਡ ਦੇ ਵਿੱਚ ਉਹਨੇ +2 ਪਾਸ ਕੀਤੀ ਆ, ਉਹ ਵੀਜ਼ਾ ਲੈ ਸਕਦਾ। +2 ਵਾਲਾ ਬੱਚਾ, ਜਿਹੜੇ ਬੱਚੇ ਨੇ ਡਿਗਰੀ ਮਾਸਟਰ ਕੀਤੀ ਆ ਕਿਸੇ ਕਾਲਜ ਤੋਂ ਜਾਂ ਕਿਸੇ ਯੂਨੀਵਰਸਿਟੀ ਤੋਂ, ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੇ ਵਿੱਚ ਜਾ ਸਕਦਾ। ਅੰਡਰ ਗ੍ਰੈਜੂਏਸ਼ਨ ਬੱਚਾ ਯੂਨੀਵਰਸਿਟੀ ਦੇ ਵਿੱਚ ਨਹੀਂ ਜਾ ਸਕਦਾ, ਉਹ ਪੰਜਾਬ ਬੋਰਡ ਆ ਚਾਹੇ CBSE ਬੋਰਡ ਆ, ਉਹਨਾਂ ਨੂੰ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਨੇ ਵੀਜ਼ਾ ਨਹੀਂ ਦੇਣਾ। ਹੁਣ ਜਿਹੜੇ ਤੁਸੀਂ ਖਾਤੇ 'ਚ ਪੈਸੇ ਪਵਾ ਰਹੇ ਸੀ ਨਾ 32-32, 30-30 ਲੱਖ, ਉਹ ਚਾਹੇ ਮਹੀਨੇ ਪੁਰਾਣੇ ਸੀ ਚਾਹੇ 2 ਮਹੀਨੇ ਪੁਰਾਣੇ ਸੀ, ਸੇਵਿੰਗ ਅਕਾਊਂਟ ਦੇ ਉੱਤੇ ਤੁਹਾਨੂੰ ਵੀਜ਼ਾ ਨਹੀਂ ਦਊਗੀ ਆਸਟ੍ਰੇਲੀਅਨ ਗੌਰਮੈਂਟ। ਬੱਚੇ 2 ਸਾਲ ਦੀ ਪੜ੍ਹਾਈ ਲੈ ਲੈਂਦੇ ਸੀਗੇ, ਕਈ ਬੱਚਿਆਂ ਨੇ ਕੀ ਕੀਤਾ ਕਿ ਇੰਡੀਆ ਤੋਂ ਯੂਨੀਵਰਸਿਟੀ ਅਪਲਾਈ ਕਰਤਾ, 3 ਸਾਲ ਦੀ ਪੜ੍ਹਾਈ ਅਪਲਾਈ ਕੀਤੀ ਸੀ, ਜਦੋਂ ਵੀਜ਼ਾ ਆ ਗਿਆ ਉੱਥੇ ਉਹ ਡਿਗਰੀ ਕੈਂਸਲ ਕਰਕੇ ਡਿਪਲੋਮੇ 'ਚ ਦਾਖਲਾ ਲੈ ਲਿਆ, ਅਤੇ ਫਿਰ ਉਹਦੇ ਵਿੱਚ ਵਰਕ ਪਰਮਿਟ ਮਿਲ ਗਿਆ, ਜਦੋਂ ਵਰਕ ਮੁੱਕ ਗਿਆ ਫਿਰ ਦੁਬਾਰੇ ਕੋਈ ਪੜ੍ਹਾਈ ਲੈ ਲਈ। ਹੁਣ ਆਸਟ੍ਰੇਲੀਆ ਗੌਰਮੈਂਟ ਸਿਰਫ ਤੁਹਾਨੂੰ 1 ਵਾਰੀ ਵੀਜ਼ਾ ਦਊਗੀ, ਚਾਹੇ ਉਹ ਸਟੱਡੀ ਵੀਜ਼ਾ ਚਾਹੇ ਉਹ ਵਰਕ ਵੀਜ਼ਾ, ਉਸ ਤੋਂ ਬਾਅਦ ਲੀਜੀਬਲ ਹੋਏ ਤਾਂ PR ਲੈ ਸਕੋਗੇ, ਜੇ ਲੀਜੀਬਿਲਟੀ ਨਹੀਂ ਪੂਰੀ ਹੋਈ ਤਾਂ ਇੰਡੀਆ ਵਾਪਸ ਆਉਣਾ ਪੈ ਜਾਊਗਾ। ਹੁਣ ਪਹਿਲਾਂ ਕੀ ਹੁੰਦਾ ਸੀ ਨਾ, ਪੜ੍ਹਾਈ ਕੰਮ, ਲੀਜੀਬਿਲਟੀ ਨਹੀਂ ਬਣੀ PR ਦੀ, ਫਿਰ ਪੜ੍ਹਾਈ ਲੈ ਲਈ, ਫਿਰ ਕੰਮ ਮਿਲ ਗਿਆ। ਹੁਣ ਇਹ ਚੀਜ਼ਾਂ ਬੰਦ ਨੇ, 3 ਸਾਲ ਦੀ ਪੜ੍ਹਾਈ ਲਉਂਗੇ ਤਾਂ ਤੁਹਾਨੂੰ ਵਰਕ ਪਰਮਿਟ ਮਿਲੂਗਾ, 2 ਸਾਲ ਦੀ ਪੜ੍ਹਾਈ ਲਉਂਗੇ ਫਿਰ ਵੀ ਵਰਕ ਪਰਮਿਟ ਲਊਗਾ। ਪਰ ਹੁਣ ਕੋਰਸ ਉਹ ਚੁਣਨਾ ਜਿਹਦੀ ਸਕਿੱਲ ਵਰਕਰ ਦੇ ਵਿੱਚ PR ਦੇ ਪੁਆਇੰਟਸ ਗਿਣੇ ਜਾ ਰਹੇ ਨੇ। ਹੁਣ ਕਈ ਬੱਚੇ ਕੀ ਕਰਦੇ ਸੀ, ਕੁੱਕਰੀ ਬੇਕਰੀ ਦਾ ਕੋਰਸ ਲੈ ਲਿਆ ਜੀ, ਉਹਦੀ PR ਦੇ ਵਿੱਚ ਕੋਈ ਪੁਆਇੰਟਸ ਨਹੀਂ, ਉਹਦੀ ਕੋਈ ਵੈਲਿਊ ਨਹੀਂ PR ਦੇ ਵਿੱਚ। ਹੁਣ ਉਹ ਕੋਰਸਿਸ ਚੁਣਨਾ ਜਿਹੜੇ ਉੱਥੇ ਦੀ ਸਰਕਾਰ ਜਾਂ ਉਸ ਕੰਟਰੀ ਦੇ ਵਿੱਚ ਤੁਸੀਂ ਚੰਗੀ ਸਕਿੱਲਸ ਦੇ ਨਾਲ ਚੰਗੀ ਸੈਲਰੀ ਪ੍ਰਾਪਤ ਕਰਕੇ ਵੀਜ਼ਾ ਲੈ ਸਕਦੇ ਹੋ। ਹੁਣ ਬੱਚੇ ਕੀ ਕਰ ਰਹੇ ਨੇ, ਉੱਥੇ ਪੜ੍ਹਾਈ ਕਰਦੇ ਨੇ, ਜਦੋਂ ਵਰਕ 'ਤੇ ਆ ਗਏ ਉਦੋਂ ਵੀ ਕੰਮ ਕਰਦੇ ਹੀ ਹੁੰਦੇ ਨੇ, ਬਟ ਉਹ ਵਰਕ ਪਰਮਿਟ ਦਾ ਪੈਸਾ ਇੰਡੀਆ ਭੇਜ ਰਹੇ ਨੇ, ਅਤੇ ਉੱਧਰਲੇ ਖਾਤੇ 0 ਹੋਏ ਪਏ ਨੇ। ਸਰਕਾਰ ਕੀ ਸੋਚ ਕੇ ਤੁਹਾਨੂੰ PR ਦਊਗੀ ਕਿ ਤੁਸੀਂ ਇੰਡੀਪੈਂਡੈਂਟ ਹੋ, ਬਟ ਸੇਵਿੰਗ ਕੁਛ ਨਹੀਂ ਆ, 0, ਗੌਰਮੈਂਟ 'ਤੇ ਬੋਝ ਹੋ, ਇਹ ਚੀਜ਼ਾਂ ਬੰਦ ਕਰ ਦਿਉ। ਜੇ ਤੁਸੀਂ ਇੰਡੀਆ ਪੈਸਾ ਭੇਜਣਾ, 50% ਪੈਸਾ ਆਪਣੇ ਅਕਾਊਂਟ 'ਚ ਰੱਖੋ, 25% ਇੰਡੀਆ ਪੈਸਾ ਭੇਜੋ, 25% ਨੂੰ ਮੈਨੇਜ ਕਰੋ। ਇਹ ਤੁਸੀਂ ਸਿਸਟਮ ਵਰਕ ਪਰਮਿਟ 'ਤੇ ਆ ਕੇ ਕਰਨਾ, ਫਿਰ ਤੁਹਾਨੂੰ ਕਿਤੇ ਐਲੀਜੀਬਿਲਟੀ ਬਣ ਸਕਦੀ ਹੈ PR ਦੀ। ਸਿਡਨੀ ਮੈਲਬਰਨ ਜਾਣ ਵਾਲੇ ਬੱਚੇ ਨਾ ਅਪਲਾਈ ਕਰੋ, ਕਿਉਂਕਿ ਨਾ ਤੁਹਾਨੂੰ ਸਿਡਨੀ ਨੇ ਵੀਜ਼ਾ ਦੇਣਾ, ਨਾ ਤੁਹਾਨੂੰ ਮੈਲਬਰਨ 'ਚੋਂ ਵੀਜ਼ਾ ਲੈਣਾ। ਬ੍ਰਿਸਬੇਨ, ਐਡੀਲੇਟ, ਪਰਥ, ਇਹ 3 ਲੋਕੇਸ਼ਨਸ 'ਚ ਫਾਈਲ ਲਾਉਂਗੇ, ਵੀਜ਼ਾ ਲੈ ਸਕਦੇ ਹੋ। ਮੈਲਬਰਨ ਦੀ ਯੂਨੀਵਰਸਿਟੀਜ਼ ਤੁਹਾਨੂੰ ਦਾਖਲੇ ਨਹੀਂ ਦੇ ਰਹੀਆਂ, ਸਿਡਨੀ ਯੂਨੀਵਰਸਿਟੀਜ਼ ਦੀਆਂ ਉਹ ਨਹੀਂ ਦਾਖਲੇ ਦੇ ਰਹੀਆਂ। ਹੁਣ ਸਿਰਫ ਦਾਖਲਾ ਪੰਜਾਬ CBSE ਬੋਰਡ ਨੂੰ ਐਡੀਲੇਟ ਦੇ ਵਿੱਚ ਜਾਂ ਪਰਥ ਦੇ ਵਿੱਚ ਜਾਂ ਬ੍ਰਿਸਬੇਨ 'ਚ ਹੀ ਦਾਖਲੇ ਮਿਲ ਰਹੇ ਨੇ, ਅਤੇ ਅੰਬੈਸੀ ਉਹਨਾਂ ਨੂੰ ਵੀਜ਼ੇ ਵੀ ਦੇ ਰਹੀ ਆ ਕਿਉਂਕਿ ਐਲੀਜੀਬਿਲਟੀ ਪੂਰੀ ਹੋ ਰਹੀ ਆ।
ਸੋ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਾਂਗਾ ਕਿ ਮੈਲਬਰਨ ਸਿਡਨੀ ਜਾਣ ਵਾਲੇ ਬੱਚੇ ਭੁੱਲ ਜਾਓ, ਹੁਣ ਵੀਜ਼ੇ ਨਹੀਂ ਮਿਲਣੇ ਤੁਹਾਨੂੰ ਮੈਲਬਰਨ ਸਿਡਨੀ ਯੂਨੀਵਰਸਿਟੀਜ਼ ਦੇ ਵਿੱਚੋਂ। ਸੋ ਵੀਜ਼ਾ ਲੈਣਾ ਆਸਟ੍ਰੇਲੀਆ ਦਾ ਤਾਂ ਸਾਡੀ ਦਿੱਤੀ ਹੋਈ ਆਪਸ਼ਨਸ ਜਾਂ ਦਿੱਤੀ ਹੋਈ ਗੱਲਾਂ ਦੇ ਉੱਤੇ ਉਹਨੂੰ ਫੋਲੋ ਕਰ ਲਓ, ਵੀਜ਼ਾ ਲੈ ਲਓ, ਨਹੀਂ ਤਾਂ ਰਿਫਿਊਜ਼ਲ ਮਾਰਕੀਟ ਦੇ ਵਿੱਚ ਫਰਜ਼ੀ ਏਜੰਟ ਦੇ ਹੀ ਰਹੇ ਨੇ। ਸੋ ਤੁਸੀਂ ਉਹਨਾਂ ਕੋਲ ਜਾ ਸਕਦੇ ਹੋ। ਮੇਰੇ ਕੋਲ ਵੀਜ਼ਾ ਲੈਣ ਲਈ ਆਏ ਹੋ, ਮੇਰੀ ਗੱਲਾਂ ਨੂੰ ਮੰਨੋ ਅਤੇ ਮੈਂ ਤੁਹਾਨੂੰ ਕੁਛ ਹੀ ਦਿਨਾਂ 'ਚ ਵੀਜ਼ਾ ਲੈ ਕੇ ਦੇ ਸਕਦਾ। ਬਿਲਕੁਲ, ਜੇਕਰ ਤੁਸੀਂ ਸਟੱਡੀ ਵੀਜ਼ਾ 'ਤੇ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਜਾਂ ਹੋਰ ਵੀ ਕਿਸੇ ਕੰਟਰੀ ਬਾਰੇ ਮਨ ਬਣਾਇਆ ਹੋਇਆ ਤਾਂ ਤੁਸੀਂ ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਇਸ ਦੇ ਉੱਤੇ ਕਾਲ ਕਰਕੇ ਪੂਰੀ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ। ਔਰ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਲੀਲਾ ਭਵਨ ਪਟਿਆਲਾ ਦੇ ਵਿੱਚ ਮਿਲ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਨਾਲ ਦੀ ਨਾਲ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਨੂੰ ਵੀ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।